ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਆਪਾਂ ਆਏ ਹਾਂ ਜੀ ਗੁਰਦੁਆਰਾ ਦੇਗਸਰ ਸਾਹਿਬ ਕਟਾਣਾ ਸਾਹਿਬ ਵਿਖੇ ਜੀ, ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਆ ਜੀ। ਇਹ ਅਸਥਾਨ ਦੇ ਉੱਤੇ ਸਾਡੇ ਦੋ ਪਾਤਸ਼ਾਹ ਆਏ ਹੋਏ ਨੇ ਜੀ, ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਸ ਅਸਥਾਨ ਦੇ ਉੱਤੇ ਆਏ ਸੀਗੇ ਜੀ। ਆ ਜਾਓ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਨੂੰ ਜੀ। ਛੇਵੇਂ ਪਾਤਸ਼ਾਹ ਜਦੋਂ ਆਏ ਨੇ ਨਾ ਇਸ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬੇਰੀ ਆ, ਉਹ ਬੇਰੀ ਦੇ ਨਾਲ ਛੇਵੇਂ ਪਾਤਸ਼ਾਹ ਨੇ ਘੋੜਾ ਬੰਨਿਆ ਸੀਗਾ ਜੀ। ਉਸ ਬੇਰੀ ਦੇ ਆਪਾਂ ਦਰਸ਼ਨ ਕਰਾਂਗੇ ਜੀ। ਇਹ ਆ ਜੀ ਜੋੜਾ ਘਰ, ਅਤੇ ਦਸਵੇਂ ਪਾਤਸ਼ਾਹ ਵੀ ਜਦੋਂ ਉੱਚਤਾ ਪੀਰ ਬਣ ਕੇ ਆਏ ਨੇ ਤਾਂ ਉਹਨਾਂ ਨੇ ਵੀ ਜੀ ਉਸ ਬੇਰੀ ਦੇ ਨਾਲ ਬੇਰੀ ਦੇ ਥੱਲੇ ਜਾਣੀ ਪਲੰਘ ਡਾਇਆ ਸੀਗਾ ਜੀ। ਆ ਜਾਓ ਆਪਾਂ ਚੱਲਦੇ ਹਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਜੀ। ਇਸ ਜਗ੍ਹਾ ਦੇ ਉੱਤੇ ਨਾ ਇੱਕ ਗੋਰਾ ਅੰਨਾ ਹੋ ਗਿਆ ਸੀ। ਉਹ ਅੰਨਾ ਕਿਉਂ ਹੋਇਆ ਸੀਗਾ ਜੀ ਅਤੇ ਉਹਨੇ ਗੁਰਦੁਆਰਾ ਸਾਹਿਬ ਕਿਉਂ ਬਣਾਇਆ ਸੀ ਸਭ ਕੁਝ ਦੱਸਾਂਗੇ ਜੀ, ਬਣੇ ਰਹੋ ਸਾਡੇ ਨਾਲ ਜੀ। ਇਹ ਸੋਹਣੇ ਉੱਚੇ ਨਿਸ਼ਾਨ ਸਾਹਿਬ ਝੂਲਦੇ ਹੋਏ ਜੀ, ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਉਸ ਪਵਿੱਤਰ ਬੇਰੀ ਸਾਹਿਬ ਦੇ, ਜਿਸ ਨਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ। ਉਹਨਾਂ ਨਾਲ 7 ਤੋਪਾਂ, 1100 ਘੋੜਸਵਾਰ ਅਤੇ ਨਾਲ ਚੰਦੂ ਕੈਦੀ ਵੀ ਸੀ। ਉਹਨਾਂ ਨੇ ਇਸ ਸਥਾਨ ਉੱਤੇ ਇੱਕ ਰਾਤ ਵੀ ਗੁਜ਼ਾਰੀ ਸੀ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਮਾਛੀਵਾੜਾ ਸਾਹਿਬ ਤੋਂ ਉੱਚ ਦਾ ਪੀਰ ਬਣ ਕੇ ਜਾ ਰਹੇ ਸਨ ਤਾਂ ਉਹਨਾਂ ਨੇ ਵੀ ਇਸ ਸਥਾਨ ਉੱਤੇ ਵਿਸ਼ਰਾਮ ਕੀਤਾ। ਉਹਨਾਂ ਨੇ ਇਸ ਸਥਾਨ ਉੱਤੇ ਦੇਗ ਵਰਤਾਈ, ਜਿਸ ਨਾਲ ਇਸ ਸਥਾਨ ਦਾ ਨਾਮ ਗੁਰਦੁਆਰਾ ਦੇਗਸਰ ਸਾਹਿਬ ਪੈ ਗਿਆ ਜੀ। ਅੰਗਰੇਜ਼ੀ ਰਾਜ ਸਮੇਂ ਜਦੋਂ ਸਰਹੰਦ ਨਹਿਰ ਦਾ ਸਰਵੇ ਹੋ ਰਿਹਾ ਸੀ ਤਾਂ ਅੰਗਰੇਜ਼ੀ ਅਫਸਰ ਮਿਸਟਰ ਸਮਿਥ ਨੇ ਦੇਖਿਆ ਕਿ ਨਹਿਰ ਇਸ ਸਥਾਨ ਕੋਲ ਆ ਕੇ ਇਸ ਬੇਰੀ ਸਾਹਿਬ ਤੋਂ ਥੋੜ੍ਹੀ ਟੇਢੀ ਹੋ ਜਾਂਦੀ ਹੈ। ਉਸਨੇ ਇਸ ਬੇਰੀ ਨੂੰ ਕਟਾਉਣਾ ਚਾਹਿਆ। ਜਦੋਂ ਵੀ ਉਹ ਬੇਰੀ 'ਤੇ ਕਿਸੇ ਭਾਗ ਉੱਤੇ ਟੱਕ ਮਾਰਦਾ ਸੀ ਤਾਂ ਉਹ ਬੇਰੀ ਵਿੱਚੋਂ ਖੂਨ ਆਉਂਦਾ ਸੀ। ਇਤਿਹਾਸ ਅਨੁਸਾਰ ਮਿਸਟਰ ਸਮਿਥ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਅਤੇ ਉਹ ਅੰਨਾ ਹੋ ਗਿਆ। ਉਸਨੇ ਆਪਣੀ ਗਲਤੀ ਦਾ ਪਸ਼ਚਾਤਾਪ ਹੋਇਆ ਅਤੇ ਉਸਨੇ ਇਸ ਸਥਾਨ ਉੱਤੇ 51 ਰੁਪਏ ਦੀ ਦੇਗ ਕਰਵਾਈ ਅਤੇ ਜਿਸ ਨਾਲ ਉਸਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ।
ਕਿਹਾ ਜਾਂਦਾ ਹੈ ਕਿ ਜਿਹੜਾ ਵਿਅਕਤੀ ਇਸ ਸਥਾਨ ਉੱਤੇ ਆਪਣੇ ਸੱਚੇ ਮਨ ਨਾਲ ਦੇਖ ਕਰਵਾਉਂਦਾ ਹੈ ਉਸ ਦੀਆਂ ਹਰੇਕ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਹਨ ਜੀ। ਇਸ ਵੀਡੀਓ ਵਿੱਚ ਆਪਾਂ ਸਾਰੇ ਅੰਗਰੇਜ਼ਾਂ ਦੁਆਰਾ ਬਣਾਏ ਹੋਏ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਂਗੇ, ਤਾਂ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਪੂਰਾ ਜ਼ਰੂਰ ਦੇਖਿਓ ਜੀ। ਇਹ ਹੈ ਜੀ ਦੇਗ ਘਰ, ਇੱਥੋਂ ਆਪਾਂ ਦੇਗ ਲੈ ਸਕਦੇ ਹਾਂ ਅਤੇ ਦੇਗ ਘਰ ਦੇ ਨਾਲ ਹੀ ਬਣਿਆ ਹੋਇਆ ਸਰੋਵਰ। ਇਹ ਆ ਜੀ ਸਾਹਮਣੇ ਸੁਖਾਸਨ ਅਸਥਾਨ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜੀ। ਅਤੇ ਇਸ ਸਾਈਡ ਨੂੰ ਆ ਜੀ ਲੰਗਰ ਹਾਲ, ਅਜੋ ਚੱਲਦੇ ਹਾਂ ਆਪਾਂ ਲੰਗਰ ਹਾਲ ਵੱਲ ਨੂੰ ਵੀ ਜੀ। ਆਪਾਂ ਆਪਣੀ ਲੋੜ ਅਨੁਸਾਰ ਜੀ ਇੱਥੋਂ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਇਹ ਇੱਕ ਸਾਈਡ 'ਤੇ ਸਾਡੀਆਂ ਬੀਬੀਆਂ ਭੈਣਾਂ ਪ੍ਰਸ਼ਾਦਾ ਤਿਆਰ ਕਰਦੀਆਂ ਹੋਈਆਂ ਜੀ। ਉਹ ਬਿਲਕੁਲ ਸਾਹਮਣੇ ਆ ਜੀ ਕਾਰ ਸੇਵਾ ਵਾਲਿਆਂ ਦਾ ਲੰਗਰ ਜੀ, ਅਤੇ ਆ ਪਾਰਕਿੰਗ ਵਗੈਰਾ ਅੰਦਰ ਵੀ ਕਰ ਸਕਦੇ ਹੋ ਤੁਸੀਂ ਜੀ। ਗੁਰਦੁਆਰਾ ਦੇਗਸਰ ਸਾਹਿਬ ਦੇ ਵਿੱਚ ਨਾ ਅਸਤ ਘਾਟ ਵੀ ਬਣਿਆ ਹੋਇਆ ਆ ਜੀ। ਇਹ ਬਣੇ ਹੋਏ ਨੇ ਇਸ ਸਾਈਡ ਬਾਥਰੂਮ ਨੇ ਜੀ, ਅਤੇ ਇਹ ਬਣਿਆ ਹੋਇਆ ਅਸਤ ਘਾਟ ਜੀ। ਜਣੀ ਕਈ ਬੰਦੇ ਫੁੱਲ ਪਾਉਂਦੇ ਨੇ, ਅੰਗੀਠਾ ਸਾਹਿਬ ਪਾਣੀ ਦੇ ਵਿੱਚ ਪਾਉਂਦੇ ਨੇ, ਕੀਰਤਪੁਰ ਸਾਹਿਬ ਜਾਂਦੇ ਨੇ। ਜੇ ਇਸ ਜਗ੍ਹਾ ਦੇ ਉੱਤੇ ਪਾਉਣੇ ਹੋਣ ਤਾਂ ਇਸ ਜਗ੍ਹਾ ਦੇ ਉੱਤੇ ਵੀ ਤੁਸੀਂ ਪਾ ਸਕਦੇ ਹੋ ਜੀ, ਜਗ੍ਹਾ ਬਣੀ ਹੋਈ ਆ, ਬਕਾਇਦਾ ਸਰਟੀਫਿਕੇਟ ਵੀ ਮਿਲਦਾ ਆ ਜੀ। ਇਸ ਜਗ੍ਹਾ ਦੇ ਉੱਤੇ ਵੀ ਤੁਸੀਂ ਅਸਤੀਆਂ ਪਾ ਸਕਦੇ ਹੋ ਜੀ। ਇਹ ਬਣੀ ਹੋਈ ਆ ਜਗ੍ਹਾ ਜੀ ਸਾਹਮਣੇ। ਆਹ ਜਗ੍ਹਾ ਹੈ ਜੀ, ਬਹੁਤ ਲੋਕ ਆਉਂਦੇ ਨੇ ਦੂਰੋਂ ਦੂਰੋਂ ਜੀ ਇਸ ਜਗ੍ਹਾ ਦੇ ਉੱਤੇ, ਫੁੱਲ ਪਾਉਂਦੇ ਨੇ ਜੀ, ਉਰੇ ਅਸਤੀਆਂ ਪਾਉਂਦੇ ਨੇ ਜੀ। ਇਹ ਅੱਜ ਗੁਰਦੁਆਰਾ ਸਾਹਿਬ ਦੇ ਅੰਦਰ ਜੀ ਗੁਰਮਤਿ ਲਿਟਰੇਚਰ ਹਾਊਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆ ਜਾਓ ਆਪਾਂ ਹੁਣ ਉਸ ਸਥਾਨ ਦੇ ਦਰਸ਼ਨ ਕਰਦੇ ਹਾਂ ਜਿਹੜਾ ਉਸ ਵੇਲੇ ਅੰਗਰੇਜ਼ ਸਮਿਥ ਨੇ ਬਣਾਇਆ ਸੀਗਾ ਜੀ। ਇਹ ਆ ਜੀ ਉਹ ਸਥਾਨ, ਥੇਹ ਦੇ ਉੱਤੇ ਬਣਿਆ ਹੋਇਆ ਆ, ਇਹ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਜੀ ਇਹ ਥੇਹ ਦੇ ਉੱਤੇ। ਇਹ ਆ ਜੀ ਉਹ ਸਥਾਨ, ਉਹਨੇ ਆਪਣੀ ਭੁੱਲ ਬਖਸ਼ਾਉਣ ਲਈ ਇਹ ਬਣਾਇਆ ਸੀਗਾ ਜੀ। ਆਪਾਂ ਸਭ ਨੇ ਮਿਲ ਕੇ ਦਰਸ਼ਨ ਕਰ ਲਏ ਹਨ ਜੀ ਗੁਰਦੁਆਰਾ ਸ਼੍ਰੀ ਦੇਗਸਰ ਸਾਹਿਬ ਦੇ। ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈੱਲ ਆਈਕਨ ਦੱਬਣਾ ਨਾ ਭੁੱਲਿਓ ਜੀ। ਸਾਡੇ ਨਾਲ ਇਸ ਪੂਰੀ ਸੀਰੀਜ਼ ਦੇ ਵਿੱਚ ਹਜ਼ੂਰ ਸਾਹਿਬ ਤੱਕ ਬਣੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।